ਉਹ ਕਿੰਨੀਵੀਂ ਸਟੇਜ ਦੱਸੀ ਸੀ ਤੁਹਾਨੂੰ ਜਿਹੜਾ ਆਪਾਂ ਗੱਲ ਕਰਕੇ 34 ਸਟੇਜ ਦੱਸੀ ਸੀਗੀ 4ਵੀਂ ਸਟੇਜ ਤੇ ਕੀ ਹਾਲਾਤ ਸੀਗੇ ਮਲਾ ਦੇਸੀ ਦਵਾਈ ਲੈਣ ਤੋਂ ਪਹਿਲਾਂ ਤੁਹਾਡੇ ਪੈਸੇ ਸੀਗੇ ਮੰਜੇ ਤੇ ਅੱਛਾ ਮੰਜੇ ਦੇ ਪੈਸੇ ਹਾਂ 2000 ਨੇ ਉਠਾਉਂਦੇ ਸੀ ਫੜ ਕੇ 2000 ਨੇ ਉਠਾਵਾ ਤਾਂ ਮੇਰੇ ਨਾਲ ਬਲਕਾਰ ਨਾਲ ਇਹਦਾ ਮੁੰਡਾ ਤੁਰਦਾ ਫਿਰਦਾ ਖਾਲਸਾ ਜੀ ਇਹ ਵੀ ਤੁਰਦੇ ਫਿਰਦੇ ਬੰਦੇ ਆ ਖਾਲਸਾ ਤੁਸੀਂ ਤਾਂ ਨਾਲ-ਨਾਲ ਇਹਨਾਂ ਦੇ ਹੜਾਇਆ ਸਾਰੀ ਚੀਜ਼ ਨੂੰ ਹਾਂਜੀ ਹਾਂਜੀ ਕਿੰਨੇ ਰੁਪਏ ਮਾਨਾ ਲੱਗ ਜਾਂਦੇ ਆ ਬੰਦੇ ਦੇ ਕੈਂਸਰ ਵਾਲੇ ਦੇ ਜੇ ਆਪਾਂ ਆਪਾਂ ਕਿਹਾ ਪ੍ਰਾਈਵੇਟ ਇਲਾਜ ਕਰਾਉਣਾ ਆਪਾਂ ਜਿਸ ਤਰ੍ਹਾਂ ਪ੍ਰਾਈਵੇਟ ਹਸਪਤਾਲ ਹਾਂ ਪੰਜ ਸੱਤ ਕਿਲੇ ਮੇਰੇ ਸਾਬ ਨਾਲ ਜਿੰਮੀ ਦੀ ਵੇਖ ਸਕਦੇ ਸੋ ਇੱਕ ਗੱਲ ਇਹ ਵੀ ਹੈ ਵੀ ਕੈਂਸਰ ਦਾ ਇਲਾਜ ਬਿਮਾਰੀ ਹੈ ਹਨ ਕਿਉਂਕਿ ਜੇ ਮੰਨ ਲਾ ਕਿ ਸਾਨੂੰ ਬ੍ਰੈਸਟ ਕੈਂਸਰ ਦਾ ਬੁੜੀਆਂ ਦਾ ਉਹ ਕੱਢ ਦਿੰਦੇ ਆ ਜਾਂ ਕਿੱਥੇ ਵੀ ਹੁੰਦਾ ਉਹ ਤੋਂ ਬਾਅਦ ਆਪਰੇਟ ਕਰ ਦਿੰਦੇ ਆ ਪਰ ਬੈਂਕਮਾ ਕੋਈ 2 ਸਾਲ ਕੋਈ 4 ਸਾਲ ਕੋਈ 2 ਮਹੀਨੇ ਇਦਾਂ ਹੀ ਕੱਢਦਾ ਹੈ ਨਾ ਪੱਕਾ ਇਲਾਜ ਨਹੀਂ ਪੱਕਾ ਨਹੀਂ ਤੇ ਮੰਨ ਲਓ ਜਿਵੇਂ ਮਨ ਲਾ ਪੈਟ ਸਕੈਨ ਜੇ ਸਰਕਾਰੀ ਚੋ ਕਰਾਉਣਾ ਕਿੰਨੇ ਦੀ ਹੁੰਦੀ ਹੈ ਬਾਹਰੋਂ ਕਰਾਉਣਾ ਕਿੰਨੇ ਦੀ ਹੈ ਬਾਹਰੋਂ ਤਾਂ ਮਨ ਲਾ ਤਕਰੀਬਨ ਕੋਈ 26000 ਦੇ ਬਾਰੇ 26000 ਹਾਂਜੀ ਸੋ ਜੇ ਆਪਾਂ ਸਰਕਾਰੀ ਚੁਕਰਣਾ ਉਹਦੇ ਕਿੰਨੇ ਦੇ ਆ ਤੇ ਇਥੇ 92000 ਦੀ ਮੰਨ ਸੋ ਇਹਨਾਂ ਦੀ ਪੈਟ ਸਕੈਨ ਹੋ ਜਾ ਪੈਟ ਸਕੈਨ ਤੋਂ ਆਪਾਂ ਕਨਫਰਮ ਹੁੰਦਾ ਕੋਈ ਚੀਜ਼ ਦਾ ਹਨਾ ਵੀ ਇਹਨਾਂ ਨੂੰ ਕੈਂਸਰ ਆ ਸੋ ਡੈਫੀਨਟਲੀ ਕੈਂਸਰ ਸੀਗਾ ਇਹਨਾਂ ਨੂੰ ਤੇ ਮੰਨ ਲਓ ਜਦੋਂ ਆਪਾਂ ਗੱਲ ਕਰਕੇ ਤੁਸੀਂ ਜਿਹੜਾ ਮੁੰਡਾ ਕਿੱਥੋਂ ਦਾ ਵਾਇਦ ਜਦੋਂ ਦਵਾਈ ਲਈਏ ਫਿਰ ਉਹ ਰਾਜਨ ਵਾਲੇ ਪਿੰਡ ਦੇ ਜਗਮਨਪ੍ਰੀਤ ਸਿੰਘ ਮੰਨਪ੍ਰੀਤ ਹਾਂਜੀ ਤਾਂ ਉਹਨਾਂ ਤੋਂ ਦਵਾਈ ਲੈਣਾ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਇੱਕ ਮਹੀਨੇ ਫਰਕ ਪੈ ਗਿਆ ਸਾਨੂੰ ਵੀ ਕੋਈ ਜੇ ਇਹ ਉੱਠਦੀ ਹੈ ਨਹੀਂ ਸੀ ਉਮੀਦ ਵੀ ਉੱਠੂਆ